ਸਵਾਗਤ ਹੈ ਦੋਤੋ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਤੁਹਾਡਾ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ ਸਵਾਇਦੇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਕੰਪਿਊਟਰ ਦਾ ਪਾਰਟ ਨੰਬਰ ਫਸਟ ਕਿਉਂਕਿ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹੈਗੇ ਪਿਛਲੀਆਂ ਕਲਾਸਾਂ ਦੇ ਵਿੱਚ ਕਿ ਆਪਾਂ ਸਾਰੇ ਹੀ ਜਿਵੇਂ ਸਾਇੰਸ ਹੋ ਗਿਆ ਹੈ ਮੈਥ ਸੌਰੀ ਸਾਇੰਸ ਹੋ ਗਿਆ ਹੈ ਕੰਪਿਊਟਰ ਹੋ ਗਿਆ ਹੈ ਸਟੈਟਿਕ ਜੀਕੇ ਹੋ ਗਿਆ ਹੈ ਇਸ ਤੋਂ ਇਲਾਵਾ ਆਪਣੀ ਹਿਸਟਰੀ ਜੀਓਗ੍ਰਾਫੀ ਪੀਟੀ ਕਰ ਉਹ ਤਾਂ ਚੱਲ ਹੀ ਰਹੀ ਹੈ ਪੰਜਾਬ ਜੀਕੇ ਇਹਨਾਂ ਸਾਰਿਆਂ ਦੇ ਜਿਹੜੇ ਐਮਸੀਕਿਊ ਆਪਾਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਸੋ ਸਾਰੇ ਹੀ ਕਲਾਸਿਸ ਤੁਹਾਨੂੰ ਬੜੀ ਜਲਦੀ ਹੀ ਇਕੱਠੀਆਂ ਹੀ ਤੁਹਾਨੂੰ ਪ੍ਰੋਵਾਈਡ ਕਰ ਦੇਵਾਂਗੇ ਸੋ ਜਿਵੇਂ ਵੀ ਬਣ ਬਏ ਆਪਾਂ ਬਣਾਵਾਂਗੇ ਤੇ ਸਾਰੀਆਂ ਐਮਸੀਕਿਊ ਰਹਿਣਗੀਆਂ ਜੋ ਕਿ ਤੁਹਾਨੂੰ ਵੱਖਰੇ ਵੱਖਰੇ ਐਗਜ਼ਾਮ ਦੇ ਵਿੱਚ ਹੈਲਪਫਲ ਰਹਿਣਗੀਆਂ ਸੋ ਇਹ ਕੰਪਿਊਟਰ ਵਾਲੀਆਂ ਕਲਾਸਿਸ ਨੇ ਐਮਸੀਕਿਊ ਸੀਰੀਜ਼ ਹੈ ਇਸ ਦੇ ਵਿੱਚ ਆਪਾਂ ਅੱਜ ਦੇ ਸੈਸ਼ਨ 'ਚ ਇੰਟਰੋਡਕਸ਼ਨ ਐਂਡ ਐਵੈਲੂਏਸ਼ਨ ਆਫ ਕੰਪਿਊਟਰ ਦੇ ਬਾਰੇ ਚਰਚਾ ਕਰਾਂਗੇ ਇਹ ਸੈਸ਼ਨ ਤੁਹਾਨੂੰ SSC ਦੇ ਲਈ SSC MTS ਦੇ ਲਈ RPF ਦੇ ਲਈ ਇਹਨਾਂ ਸਾਰੇ ਹੀ ਐਗਜ਼ਾਮ ਦੇ ਵਿੱਚ ਹੈਲਪਫਲ ਕਿਉਂਕਿ ਕੰਪਿਊਟਰ ਲਗਭਗ ਹਰ ਇੱਕ ਪੇਪਰ ਦੇ ਵਿੱਚ ਆਉਂਦਾ ਚਾਹੇ ਉਹ ਸਟੇਟ ਦਾ ਹੈ ਤੇ ਚਾਹੇ ਉਹ ਸੈਂਟਰ ਦਾ ਹੈਗਾਗਾ ਓਕੇ ਤਾ ਸ਼ੁਰੂ ਕਰਦੇ ਆਂ ਸੈਸ਼ਨ ਸੋ WhatsApp ਗਰੁੱਪ ਜੁਆਇਨ ਕਰਨ ਲਈ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਕਲਾਸਾਂ ਦੀ ਜਿਹੜੀ PDF ਹੈ ਉਹ ਤੁਹਾਨੂੰ ਰਮਨ ਇੰਸਟੀਚਿਊਟ ਦੇ ਉੱਪਰ ਮਿਲ ਜਾਵੇਗੀ ਐਪ ਡਾਊਨਲੋਡ ਕਰ ਲਿਓ ਸੁੱਥੇ ਤੁਹਾਨੂੰ ਸਾਰੀਆਂ ਜਿਹੜੀਆਂ ਨੇਗੀਆਂ ਆਪਣੀਆਂ ਜਿੰਨੀਆਂ ਵੀ PDF ਹੋਣੀਆਂ ਉਹ ਅਵੇਲੇਬਲ ਹੋ ਜਾਣਗੀਆਂ ਓਕੇ ਤਾਂ ਸ਼ੁਰੂ ਕਰਦੇ ਆਂ ਸੈਸ਼ਨ ਫਰਸਟ ਕੁਐਸਚਨ ਰਹੇਗਾ ਜੀ ਆਪਣਾ ਅੱਜ ਦਾ ਸੋ ਹਿੱਟ ਦਿੱਤਿਆਂ ਦੇ ਵਿੱਚੋਂ ਕਿਹੜਾ ਕੰਪਿਊਟਰ ਦੇ ਕੇਂਦਰੀ ਪ੍ਰੋਸੈਸਿੰਗ ਯੂਨਿਟ ਜਿਹਨੂੰ ਸੈਂਟਰਲ ਪ੍ਰੋਸੈਸਿੰਗ ਯੂਨਿਟ ਕਹਿੰਦੇ ਆ ਉਹਦਾ ਹਿੱਸਾ ਹੈ ਮਾਊਸ ਹੈ ਸਕੈਨਰ ਹੈ ਰਜਿਸਟਰ ਮੈਮਰੀ ਹੈ ਜਾਂ ਜੋਇਸਟਿਕ ਹੈ ਸਕੈਨਰ ਹੋ ਗਿਆ ਮਾਊਸ ਹੋ ਗਿਆ ਜਾਂ ਜੁਆਇਸਟਿਕ ਹੋ ਗਿਆ ਇਹ ਇਨਪੁਟ ਡਿਵਾਈਸ ਹੈਗੇ ਸਾਰੇ ਲਗਭਗ ਸਾਰੇ ਬੱਚਾ ਨੂੰ ਹਨਾ ਪਤਾ ਹੈ ਨੋਰਮਲ ਹੀ ਤਾਂ ਇਹ ਤਾਂ ਹੈਗੇ ਇਨਪੁਟ ਡਿਵਾਈਸ ਬਟ ਜੀ ਆਪਾਂ ਇੱਥੇ ਗੱਲ ਕਰੇਗੇ CPU ਦਾ ਜਿਹੜਾ ਪਾਰਟ ਹੈ ਉਹ CPU ਦਾ ਪਾਰਟ ਹੈ ਜੀ ਰਜਿਸਟਰ ਮੈਮਰੀ ਕਿਉਂਕਿ ਇਸ ਸਾਰੇ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਜੋ ਚੀਜ਼ ਹੁੰਦੀ ਹੈ ਉਹ ਮੈਮਰੀ ਹੁੰਦੀ ਹੈ ਭਾਵ ਦਿਮਾਗ ਹੁੰਦਾ ਉਸ ਦਾ ਸੋ ਇਸ ਕਾਰਨ ਕਰਕੇ ਇਹਦੇ ਵਿੱਚੋਂ ਹਿੱਸਾ ਜਿਹੜਾ ਰਹੇਗਾ ਰਜਿਸਟਰ ਮੈਮਰੀ ਹੀ ਰਹੇਗਾ CPU ਦੀ ਮਾਊਸ ਸਕੈਨਰ ਜੁਆਇਸਟਿਕ ਇਹ ਇਨਪੁਟ ਇਸਾ ਜਿਹਦੀ ਨਾਲ ਕੰਪਿਊਟਰ ਦੇ ਵਿੱਚ ਡਾਟਾ ਭੇਜਿਆ ਜਾਂਦਾ ਹੈ ਕਗਾ ਇੰਟਰ ਕਰਿਆ ਜਾਂਦਾ ਹੈ ਕਗਾ ਓਕੇ ਸੋ ਇਹ ਕਾਫੀ ਛੋਟਾ ਜਿਹਾ ਕਹਿ ਸਕਦੇ ਆ ਪਾਰਟ ਹੁੰਦਾ ਹੈ ਤੇ ਬਟ ਇਹਦੀ ਜਿਹੜੀ ਕਹਿ ਸਕਦੇ ਆ ਮੈਮਰੀ ਹੈ ਉਹ ਬੜੀ ਫਾਸਟ ਹੁੰਦੀ ਹੈਗੀ ਹੈਗੀ ਇਹ ਮੈਮਰੀ ਦਾ ਹਿੱਸਾ ਨਹੀਂ ਹੈ ਸਗੋਂ ਇਹ ਰਜਿਸਟਰ ਦੇ ਰੂਪ ਦੇ ਵਿੱਚ CPU ਦੇ ਵਿੱਚ ਕਹਿੰਦੇ ਅਵੇਲੇਬਲ ਹੁੰਦਾ ਹੈ ਕੰਟਰੋਲ ਯੂਨਿਟ ਨੂੰ ਕੰਪਿਊਟਰ ਦਾ ਡੈਸ਼ ਵੀ ਕਿਹਾ ਜਾਂਦਾ ਹੈ ਕਗਾ ਹਾਰਟ ਕਿਹਾ ਜਾਂਦਾ ਹੈ ਨਰਵਸ ਸਿਸਟਮ ਜਾਂ ਬ੍ਰੇਨ ਕਿਹਾ ਜਾਂਦਾ ਹੈ ਕਿਡਨੀ ਕਿਹਾ ਜਾਂਦਾ ਜਾਂ ਆਲ ਆਫ ਥੀਸ ਆਪਸ਼ਨ ਸਹੀ ਨਹੀਂ ਕਿ ਸੋ ਕੰਟਰੋਲ ਯੂਨਿਟ ਨੂੰ ਕੰਪਿਊਟਰ ਦਾ ਡੈਸ਼ ਨਾਮ ਦਿੱਤਾ ਜਾਂਦਾ ਹੈ ਬਹੁਤ ਈਜ਼ੀ ਤੇ ਬਹੁਤ ਜ਼ਿਆਦਾ ਪੁੱਛਿਆ ਜਾਣ ਵਾਲਾ ਕੁਐਸਚਨ ਸੀਪੀਯੂ ਦਾ ਜਿਹੜਾ ਪੁਆਇੰਟ ਹੁੰਦਾ ਹੈ ਸੋ ਉਸ ਨੂੰ ਆਪਾਂ ਕੰਪਿਊਟਰ ਦਾ ਦਿਮਾਗ ਕਹਿ ਦਿੰਨੇ ਆ ਜਾਂ ਨਰਵ ਸੈਂਟਰ ਕਹਿ ਦਿੰਨੇ ਕਿਉਂਕਿ ਸਾਰਾ ਕੰਪਿਊਟਰ ਹੀ ਜਿਹੜਾ ਹੈ ਉਹ ਸੀਪੀਯੂ ਦੇ ਵਿੱਚ ਇਹ ਤਰ੍ਹਾਂ ਹੁੰਦਾ ਹੈ ਹਰ ਇੱਕ ਡਾਟਾ ਹਰ ਇੱਕ ਤਰ੍ਹਾਂ ਦੀ ਇਨਫੋਰਮੇਸ਼ਨ ਜਿੰਨਾ ਕੁਝ ਵੀ ਕੰਪਿਊਟਰ ਦੇ ਵਿੱਚ ਆਪਾਂ ਦੇਖਦੇ ਆਂ ਚਾਹੇ ਉਹ ਸੌਫਟਵੇਅਰ ਹੈ ਚਾਹੇ ਕੋਈ ਦੀ ਫਾਈਲ ਹੈ ਉਹ ਸਾਰੀਆਂ ਸਾਰੀਆਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਹੁੰਦੀ ਆ ਉੱਥੇ ਹੀ ਸਾਰੀਆਂ ਕਮਾਂਡਾਂ ਕੰਮ ਕਰਦੀਆਂ ਹੈਗੀਆਂ ਨੇ ਉਦੋਂ ਬਾਅਦ ਹੀ ਸਾਡੇ ਕੋਲ ਜਿਹੜਾ ਡਾਟਾ ਹੈ ਉਹ ਪੇਸ਼ ਹੁੰਦਾ ਹੈ ਤਾਂ ਸੀਪੂ ਜਿਹਦੇ ਵਿੱਚ ਆਪਣੇ ਕੋਲੇ ਤਿੰਨ ਮੁੱਖ ਜਿਹੜੇ ਪਾਰਟ ਰਹਿੰਦੇ ਹੈਗੇ ਅੱਗੇ ਜਿਹਨੂੰ ਸੈਂਟਰਲ ਪ੍ਰੋਸੈਸਿੰਗ ਯੂਨਿਟ ਕਹ ਦਿੰਦੇ ਆ ਪਹਿਲਾ ਪਾਰਟ ਕੰਟਰੋਲ ਯੂਨਟ ਆ ਜਾਂਦਾ ਜਿਹਨੂੰ ਸੀਯੂ ਕਹ ਦਿੰਦੇ ਹਾਂ ਹਾਂ ਦੂਸਰਾ ਮੈਮਰੀ ਯੂਨਟ ਹੈ ਜਿਹਨੂੰ ਰਜਿਸਟਰ ਕਹ ਦਿੰਦੇ ਹਾਂ ਤੀਸਰਾ ਅਰਥਮੈਟਿਕ ਤੇ ਲੌਜੀਕ ਯੂਨਟ ਜਿਹਨੂੰ ਏਐਲਯੂ ਕਹ ਦਿੰਦੇ ਹਾਂ ਤੇ ਤਿੰਨ ਚੀਜ਼ਾਂ ਤੋਂ ਮਿਲ ਕੇ ਜਿਹੜਾ ਸਾਡਾ ਸੀ ਪੀਯੂ ਜਿਹੜਾ ਹੈ ਉਹ ਕ੍ਰੇਟ ਹੁੰਦਾ ਹੈ ਇਹ ਸਾਰੇ ਦਾ ਸਾਰਾ ਸਿਸਟਮ ਜਿਹੜਾ ਹੈ ਇਹਨੂੰ ਆਪਾਂ ਕੰਪਿਊਟਰ ਦਾ ਦਿਮਾਗ ਕਹਿੰਦੇ ਆ ਕਿਉਂਕਿ ਹਰ ਇੱਕ ਤਰ੍ਹਾਂ ਦੀ ਜਿਹੜੀ ਐਕਟੀਵਿਟੀ ਹੈ ਉਹ ਇਹਨਾਂ ਤਿੰਨਾਂ ਚੀਜ਼ਾਂ ਦੇ ਉੱਪਰ ਆਧਾਰਿਤ ਹੈ ਇਸੇ ਕਾਰਨ ਕਰਕੇ ਆਪਾਂ ਇਸ ਨੂੰ ਦਿਮਾਗ ਕਹਿ ਦਿੰਦੇ ਆ ਕਿਉਂਕਿ ਹਰ ਤਰ੍ਹਾਂ ਦੇ ਜਿਹੜੀ ਪ੍ਰੋਸੈਸ ਹੈ ਉਹ ਇਹਨਾਂ ਤਿੰਨਾਂ ਦੇ ਥਰੂ ਹੀ ਹੋਵੇਗਾ ਚਾਹੇ ਉਹ ਡਾਟਾ ਸੇਵ ਕਰਨਾ ਹੈ ਚਾਹੇ ਇਹਦੇ ਵਿੱਚ ਕਹਿ ਸਕਦੇ ਆ ਕੋਈ ਐਡੀਟਿੰਗ ਕਰਨੀ ਹੈ ਜੋ ਚੀਜ਼ ਵੀ ਹੈ ਸੌਫਟਵੇਅਰ ਦਿਨ ਰਿਟ ਉਹ ਸਾਰੀਆਂ ਇਹਨਾਂ ਤਿੰਨਾਂ ਦੇ ਵਿੱਚ ਹੀ ਕੰਮ ਕਰਦੀਆਂ ਨੇ ਤੀਸਰਾ ਕਵਚਨ ਆਪਣੇ ਕੋਲੇ CPU ਵਿੱਚ ਸ਼ਾਮਲ ਹੈ ਅਰਥਮੈਟਿਕ ਤੇ ਲੌਜੀਕਲ ਯੂਨਿਟ ਐਂਡ ਰਜਿਸਟਰ ਅਰਥਮੈਟਿਕ ਐਂਡ ਲੌਜੀਕਲ ਯੂਨਿਟ ਰਜਿਸਟਰ ਤੇ ਕੰਟਰੋਲ ਯੂਨਿਟ ਸਿਸਟਮ ਯੂਨਿਟ ਐਂਡ ਮੈਮਰੀ ਯੂਨਿਟ ਹਾਰਡ ਡਿਸਕ ਐਂਡ ਕੰਟਰੋਲ ਯੂਨਿਟ CPU ਦੇ ਵਿੱਚ ਤਿੰਨ ਚੀਜ਼ਾਂ ਸ਼ਾਮਿਲ ਨੇਗੀਆਂ ਇੱਕ ਤਾਂ ਜਾਂਦਾ ਹੈ ਅਰਥਮੈਟਿਕ ਤੇ ਲੌਜੀਕਲ ਯੂਨਿਟ ਜਿਹਨੂੰ एएलयू ਕਹਿੰਦੇ ਆ ਦੂਸਰਾ ਰਜਿਸਟਰ ਆ ਜਾਂਦਾ ਹੈਗਾ ਤੀਸਰਾ ਕੰਟਰੋਲ ਯੂਨਿਟ ਆਂਦਾ ਇਹਨਾਂ ਤਿੰਨਾਂ ਤੋਂ ਮਿਲ ਕੇ ਸੀਪੀਯੂ ਜਿਹੜਾ ਹੈ ਉਹ ਕ੍ਰੀਏਟ ਹੁੰਦਾ ਜਿਹਨੂੰ ਕੰਟਰੋਲ ਪ੍ਰੋਸੈਸਿੰਗ ਯੂਨਿਟ ਕਹਿੰਦੇ ਆ ਭਾਵ ਸਾਰੇ ਕੰਪਿਊਟਰ ਨੂੰ ਕੰਟਰੋਲ ਕਰਨ ਵਾਲਾ ਉਹਦਾ ਦਿਲ ਵਾਲਾ ਖੇਤਰ ਓਕੇ ਅੱਗੇ ਆਪਣੇ ਕੋਲ 4 ਨੰਬਰ ਇੱਕ ਕੰਪਿਊਟਰ ਦੇ ਵਿੱਚ ਸੀਪੀਯੂ ਦੇ ਭਾਗ ਹਨ ਕਿਹੜੇ ਕਿਹੜੇ ਨੇ ਜੀ ਇਨਪੁਟ ਆਉਟਪੁੱਟ ਤੇ ਪ੍ਰਸਾਦ ਸੰਗਿਤਾ ਨਹੀਂ ਹੋ ਸਕਦੇ ਕੰਟਰੋਲ ਯੂਨਟ ਪ੍ਰਾਇਮਰੀ ਅਤੇ ਸੈਕੰਡਰੀ ਯੂਨਟ ਇਹ ਵੀ ਨਹੀਂ ਹੋ ਸਕਦੇ ਕੰਟਰੋਲ ਯੂਨਟ ਅਰਥਮੈਟਿਕ ਲੌਜਿਕ ਤੇ ਰਜਿਸਟਰ ਜਾਂ ਫਿਰ ਨਨ ਆਫ ਥੀਸ ਸੋ ਇਹਨਾਂ ਦੇ ਵਿੱਚ ਆਪਣੇ ਕੋਲੇ ਸੀ ਹੈ ਕੰਟਰੋਲ ਯੂਨਟ ਦੇ ਵਿੱਚ ਰਹੇਗੀ ਅਰਥਮੈਟਿਕ ਲੌਜਿਕ ਯੂਨਟ ਰਹੇਗੀ ਤੇ ਰਜਿਸਟਰ ਰਹੇਗਾ ਇਸ CPU ਦੇ ਭਾਗ ਦੇ ਰੂਪ ਦੇ ਵਿੱਚ ਕੰਮ ਕਰਦੇ ਹੈਗੇ ਅਗੇ 5 ਨੰਬਰ ਹੈ ਪ੍ਰੋਸੀਡ ਡਾਟਾ ਪ੍ਰੋਸੀਡ ਡਾਟਾ ਜਾਣਿਆ ਜਾਂਦਾ ਹੈ ਡਾਟੇ ਦੇ ਵੱਜੋਂ ਇਨਫਰਮੇਸ਼ਨ ਦੇ ਵਜੋਂ ਨੌਲੇਜ ਦੇ ਵਜੋਂ ਜਾਂ ਐਨਾਲਾਈਜ਼ ਦੇ ਵਜੋਂ ਸੋ ਜਿਹੜਾ ਪ੍ਰੋਸੀਡਡ ਡਾਟਾ ਹੁੰਦਾ ਹੈ ਸੋ ਇਸ ਨੂੰ ਕਿਸ ਤਰੀਕੇ ਦੇ ਨਾਲ ਜਾਂ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਇਹਨੂੰ ਇਨਫਰਮੇਸ਼ਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਇੱਕ ਤਰ੍ਹਾਂ ਦੀ ਇਹ ਇਨਫਰਮੇਸ਼ਨ ਹੁੰਦੀ ਹੈ ਕਿ ਹੈਗੀ ਜਦੋਂ ਆਪਾਂ ਇਸ ਦੇ ਵਿੱਚ ਗੱਲ ਕਰਦੇ ਆ ਕਿ ਪ੍ਰੋਸੀਡਡ ਡਾਟਾ ਜਿਹੜਾ ਹੈ ਉਹ ਕਿਸ ਨੂੰ ਕਿਹਾ ਜਾਵੇਗਾ ਜੋ ਵੀ ਕੰਪਿਊਟਰ ਦੇ ਵਿੱਚ ਇਨਫਰਮੇਸ਼ਨ ਹੈ ਉਹ ਪ੍ਰੋਸੀਡਡ ਡਾਟਾ ਹੁੰਦਾ ਹੈ ਮੀਨ ਜੁਦੇ ਵਿੱਚ ਸੇਵਡ ਹੁੰਦਾ ਹੈ ਹਰ ਤਰ੍ਹਾਂ ਦੀ ਜਾਣਕਾਰੀ ਓਕੇ ਤਾਂ ਡਾਟਾ ਆਪਣੇ ਕੋਲੇ ਜਿਹੜਾ ਹੈ ਕਹਿ ਸਕਦੇ ਆ ਉਹ ਚੀਜ਼ ਹੁੰਦੀ ਹੈ ਜਿਸ ਦੇ ਨਾਲ ਮਤਲਬ ਆਪਾਂ ਕੰਪਿਊਟਰ ਦੇ ਵਿੱਚ ਕੋਈ ਵੀ ਚੀਜ਼ ਹੈ ਕੋਈ ਵੀ ਸਮਗਰੀ ਜਿਹੜੀ ਹੈ ਉਸ ਨੂੰ ਦੇਖਦੇ ਹੈਗੇ ਸੋ ਜੋ ਵੀ ਹੈ ਚਾਹੇ ਉਹ ਸੌਂਗ ਹੈ ਚਾਹੇ ਕੋਈ ਪਿਕਚਰ ਹੈ ਚਾਹੇ ਕੋਈ ਫਾਈਲ ਹੈ ਐਮ ਐਸ ਵਰਡ ਦੀ ਪਾਵਰਪੁਆਇੰਟ ਦੀ ਐਕਸਲ ਦੀ ਇਹ ਸਾਰਾ ਕੀ ਹੈ ਡਾਟਾ ਹੈ ਜੋ ਕਿ ਕੰਪਿਊਟਰ ਦੇ ਵਿੱਚ ਦਰਜ ਹੁੰਦਾ ਹੈ ਅਵੇਲੇਬਲ ਹੁੰਦਾ ਹੈ ਇਹ ਸਾਰੇ ਕਿਸ ਨੂੰ ਆਪਾਂ ਡਾਟੇ ਦਾ ਜਿਹੜਾ ਨਾਮ ਹੈ ਉਹ ਦੇ ਦਿੰਨੇ ਹੈ ਕਿ ਆ ਇਨਫੋਰਮੇਸ਼ਨ ਕੀ ਹੁੰਦੀ ਹੈ ਕਿ ਡਾਟਾ ਜਿਸ ਤੇ ਪ੍ਰਕਿਰਿਆ ਪੂਰੀ ਕੀਤੀ ਗਈ ਹੈ ਉਹਨੂੰ ਜਾਣਕਾਰੀ ਕਹਿ ਦਿੰਦੇ ਆ ਠੀਕ ਹੈ ਮਤਲਬ ਕਿ ਜਦੋਂ ਆਪਾਂ ਡਾਟਾ ਦੇ ਵਿੱਚ ਕਲਿੱਕ ਕਰਦੇ ਆ ਕਿਸੇ ਚੀਜ਼ ਦੇ ਵਿੱਚ ਤਾਂ ਉਹ ਸਾਰੀ ਚੀਜ਼ ਨੂੰ ਆਪਣੇ ਕੋਲ ਸਾਹਮਣੇ ਲੈ ਕੇ ਆਉਂਦਾ ਵੀ ਇਹਦੇ ਵਿੱਚ ਆਹ ਚੀਜ਼ ਹੈ ਮੀਨ ਜੇ ਕੋਈ ਤੁਸੀਂ ਐਕਸਲ ਦੀ ਫਾਈਲ ਖੋਲੀ ਆ ਉਹਦੇ ਵਿੱਚ ਤੁਹਾਡੇ ਜਿਹੜਾ ਸਟੂਡੈਂਟ ਦਾ ਰਿਕਾਰਡ ਹੈ ਕਾਹਗਾ ਨਾ ਤਾਂ ਆਪਣੇ ਕੋਲ ਐਕਸਲ ਤਾਂ ਹੈ ਬਟ ਉਹ ਕੀ ਹੈ ਉਹ ਇੱਕ ਤਰ੍ਹਾਂ ਦਾ ਡਾਟਾ ਹੈ ਸਾਡੇ ਉਹਦੇ ਵਿੱਚ ਸੇਵ ਕੀਤਾ ਬਟ ਜਦੋਂ ਆਪਾਂ ਉਹਦੇ ਵਿੱਚ ਜਾ ਕੇ ਐਕਸਲ ਫਾਈਲ ਨੂੰ ਵੀ ਓਪਨ ਕਰ ਲੈਨੇ ਆ ਉਹਦੇ ਵਿੱਚ ਸਾਰੇ ਬੱਚਿਆਂ ਦੇ ਨਾਮ ਡਿਟੇਲ ਸਭ ਕੁਝ ਆ ਜਾਂਦਾ ਤਾਂ ਉਹ ਕੀ ਹੈ ਸਾਡੇ ਕੋਲੇ ਇਨਫਰਮੇਸ਼ਨ ਹੈ ਤਾਂ ਦੋ ਚੀਜ਼ਾਂ ਨੇ ਆਪਣੇ ਕੋਲੇ ਕੰਪਿਊਟਰ ਦੇ ਵਿੱਚ ਠੀਕ ਹੈ ਇਸ ਤਰੀਕੇ ਨਾਲ ਯਾਦ ਰੱਖਣਾ ਹੈ ਅੱਗੇ ਆਪਣੇ ਕੋਲੇ ਜੀ ਏਟੀਐਮ ਏਟੀਐਮ ਦੇ ਵਿੱਚ ਟੀ ਦਾ ਕੀ ਅਰਥ ਹੈ ਗਗਾ ਟੇਲਰ ਟਰਾਂਸਫਰ ट्रांजैक्शन ਜਾਂ ਟਰੰਕ ਸੋ ਏਟੀਐਮ ਦੇ ਵਿੱਚ ਟੀ ਸ਼ਬਦ ਆਉਂਦਾ ਹੈ ਇਸ ਟੀ ਦਾ ਕੀ ਅਰਥ ਹੈ ਸੋ ਏਟੀਐਮ ਜਿਹੜਾ ਹੈ ਇਸ ਦੇ ਵਿੱਚ ਟੀ ਸ਼ਬਦ ਦਾ ਅਰਥ ਬੰਦਾ ਹੈ ਟੇਲਰ ਓਕੇ ਟਰਾਂਸਫਰ ट्रांजैक्शन ਜਾਂ ਟਰਾਂਕਸ ਦੇ ਵਿੱਚ ਨਹੀਂ ਆਊਗਾ ਟਿੱਲ ਰਿਸਟਾਰਟ ਬਣ ਜਾਂਦਾ ਹੈਗਾ ਹੈਗਾ ਐਂਡ ਏਟੀਐਮ ਦੀ ਫੁੱਲ ਫਾਰਮ ਆ ਜਾਂਦੀ ਹੈ ਆਟੋਮੈਟਡ ਟੇਲਰ ਮਸ਼ੀਨ ਜਿਹਦੇ ਵਿੱਚੋਂ ਅਸੀਂ ਜੋ ਕਹਿ ਸਕਦੇ ਆ ਪੈਸੇ ਹੈ ਹੈ ਨਾ ਜੋ ਵੀ ਉਹ ਕਢਾਉਣੇ ਹੈਗੇ ਜਿਉਂ ਤੁਸੀਂ ਆਪਣਾ ਕੋਡ ਪੜਦੇ ਆ ਤਾਂ ਬੈਂਕਿੰਗ ਲਾਈਨ ਦੇ ਨਾਲ ਸੰਬੰਧਿਤ ਹੈ ਬਟ ਇੱਕ ਕੰਪਿਊਟਰ ਦੇ ਨਾਲ ਕੰਡਕਟ ਕੀਤਾ ਜਾਂਦਾ ਹੈ ਸੱਤ ਨੰਬਰ ਹੈ ਕੰਪਿਊਟਰ ਨੂੰ ਹਦਾਇਤਾਂ ਇਸ ਤਰ੍ਹਾਂ ਹੀ ਦਿੱਤੀਆਂ ਜਾਂਦੀਆਂ ਨੇ ਇਨਪੁਟ ਜੁੰਟ ਦੇ ਨਾਲ ਹੀ ਏ ਐਲ ਯੂ ਦੇ ਨਾਲ ਪ੍ਰਿੰਟਰ ਦੇ ਨਾਲ ਜਾਂ ਪਿੰਡ ਡਰਾਈਵ ਦੇ ਨਾਲ ਜਦੋਂ ਵੀ ਕਿਸੇ ਕੰਪਿਊਟਰ ਨੂੰ ਆਪਾਂ ਇਨਸਟਰਕਸ਼ਨ ਦੇਵਾਂਗੇ ਤਾਂ ਉਹ ਕਿਸ ਤਰੀਕੇ ਨਾਲ ਜਾਣਿਆ ਮੀਨ ਤੁਸੀਂ ਇਹ ਲਿਖਣਾ ਚਾਹੁੰਦੇ ਹੋ ਜਾਂ ਜਿਵੇਂ ਮੈਂ ਇੱਥੇ ਜੋ ਮਾਰਕਰ ਚਲਾ ਰਿਹਾ ਹਾਂ ਠੀਕ ਹੈ ਸੋ ਤੁਹਾਨੂੰ ਸ਼ੋ ਹੋ ਰਿਹਾ ਹੈ ਇਹ ਮਤਲਬ ਕਿਸ ਤਰੀਕੇ ਦੇ ਨਾਲ ਜਾ ਰਿਹਾ ਹੈ ਇਹ ਸਾਰਾ ਕਿਸ ਤਰੀਕੇ ਨਾਲ ਜਾ ਰਿਹਾ ਇਨਪੁਟ ਡਿਵਾਈਸ ਦੇ ਨਾਲ ਇਨਪੁਟ ਡਿਵਾਈਸ ਦੇ ਵਿੱਚ ਕੀ ਕੁਝ ਆਉਂਦਾ ਹੈ ਜਿਵੇਂ ਕਿ ਆਪਣੇ ਕੋਲੇ ਕੀਬੋਰਡ ਹੋ ਜਾਂਦਾ ਹੈਗਾ ਠੀਕ ਹੈ ਔਰ ਜਿਹੜਾ ਟਾਈਪ ਕੀਤਾ ਜਾਂਦਾ ਹੈ ਇੱਕ ਮੇਰੇ ਕੋਲ ਹੀ ਹੁਣ ਜਿਹਦੇ ਵਿੱਚ ਉਹ ਸ਼ੀਟ ਹੈ ਸੋ ਉਹ ਨੂੰ ਆਪਾਂ ਇਨਪੁਟ ਦੇ ਵਿੱਚ ਰੱਖਾਂਗੇ ਠੀਕ ਹੈ ਸੋ ਇਹਨੂੰ ਆਪਾਂ ਪੈਨ ਦੇ ਵਿੱਚ ਐਡ ਕਰਦੇ ਹਾਂ ਇੱਕ ਮਾਈਕ ਹੋ ਜਾਂਦਾ ਹੈ ਜਿਹਦੇ ਨਾਲ ਮੇਰੀ ਆਵਾਜ਼ ਤੁਹਾਡੇ ਕੋਲੇ ਪਹੁੰਚ ਰਹੀ ਹੋएगी ਠੀਕ ਹੈ ਐਂਡ ਇਸ ਤੋਂ ਇਲਾਵਾ ਅਸੀਂ ਹੋਰ ਕਈ ਸਾਰੀਆਂ ਚੀਜ਼ਾਂ ਜਿਵੇਂ ਸਕੈਨਰ ਹੋ ਗਿਆ ਉਹਦੇ ਨਾਲ ਫੋਟੋ ਵਗੈਰਾ ਜਿਹੜੀ ਹੈ ਅਸੀਂ ਉਹ ਸਕੈਨ ਕਰਕੇ ਇਸ ਦੇ ਵਿੱਚ ਇੰਟਰ ਕਰ ਦਿੰਦੇ ਹਾਂ ਹਣਾ ਸੋ ਜੁਆਇਸਟਿਕ ਹੋ ਗਿਆ ਜਿਹਦੇ ਨਾਲ ਅਸੀਂ ਗੇਮਸ ਵਗੈਰਾ ਕੰਟਰੋਲ ਕਰਦੇ ਹਾਂ ਸਾਰੇ ਕੀ ਹੈ ਇਨਪੁਟ ਹੈ ਜਿਹਦੇ ਨਾਲ ਡਾਟਾ ਕੰਪਿਊਟਰ ਦੇ ਵਿੱਚ ਇੰਟਰ ਹੁੰਦਾ ਹੈ ਕਗਾ ਮਾਊਸ ਵੀ ਇਨਪੁਟ ਇਹ ਤੁਸੀ ਯਾਦ ਰੱਖਣਾ ਹੈ ਓਕੇ ਹਾਂਜੀ ਸੋ ਇਹਦੇ ਨਾਲ ਡਾਟਾ ਇੰਟਰ ਕਰਿਆ ਜਾਂਦਾ ਹੈ ਬਸ ਯਾਦ ਰੱਖਣ ਦੀ ਜਰੂਰਤ ਨਹੀਂ ਹੈ ਕਿਉਂਕਿ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਅੱਗੇ ਆਪਣੇ ਕੋਲ 8 ਨੰਬਰ ਡੈਸ਼ ਇੱਕ ਕੰਪਿਊਟਰ ਦੇ ਵਿੱਚ ਮੁੱਖ ਪ੍ਰਿੰਟਡ ਸਰਕਟ ਬੋਰਡ ਹੈ ਜਿਹਨੂੰ PCB ਕਹ ਦਿੰਦੇ ਆਪਾਂ ਸ਼ਾਰਟ ਦੇ ਵਿੱਚ ਇਹ ਕੀ ਹੈ ਰੈਂਡਮ ਐਕਸੈਸ ਮੈਮਰੀ ਹੈ ਮਦਰ ਬੋਰਡ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ ਜਾਂ ਰੀਡ ਓਨਲੀ ਮੈਂਬਰ ਜਾਨੀ ਕਿ ROM ਹੈ ਸੋ PCB PCB ਕੀ ਹੈ ਇੱਕ ਤਰ੍ਹਾਂ ਦਾ ਮਦਰ ਬੋਰਡ ਹੁੰਦਾ ਹੈ ਜਿਹੜਾ ਕਿ ਇੱਕ ਪ੍ਰਿੰਟਡ ਸਰਕਟ ਬੋਰਡ ਆ ਜਾਂਦਾ ਹੈ ਜਿਹਦੇ ਵਿੱਚ ਸਾਰੇ ਲਗਭਗ ਡਾਟੇ ਨੂੰ ਜਿਹੜਾ ਹੈ ਸਟੋਰ ਕਰਕੇ ਰੱਖਿਆ ਜਾਂਦਾ ਜਾਂ ਕੰਪਿਊਟਰ ਨੂੰ ਕਾਫੀ ਹੱਦ ਤੱਕ ਕਮਾਂਡਿੰਗ ਦੇ ਵਿੱਚ ਵੀ ਆ ਜਾਂਦਾ ਹੈ ਸਾਰਾ ਮਤਲਬ ਕਿਸ ਨੇ ਮੇਨ ਚੀਜ਼ ਜਿਹੜੀ ਹੈ ਉਹਦੇ ਵਿੱਚ ਹੋ ਜਾਂਦੀ ਹੈ ਉਹ ਚਾਹੇ ਫੋਨ ਹੈ ਚਾਹੇ ਪੀਸੀ ਹੈ ਚਾਹੇ ਕੋਈ ਹੋਰ ਇਲੈਕਟ੍ਰੋਨਿਕ ਡਿਵਾਈਸ ਹੈ ਜਿੱਥੇ ਮਤਲਬ ਇਸ ਤਿਹਰਾ ਆਪਾਂ ਕੰਮ ਕਰਦੇ ਹਈ ਕਿੰਗੇ ओके मदरबोर्ड ਹੈ ساری ਚੀਜ਼ ਮਦਰਬੋਰਡ ਦੇ ਉੱਪਰ ਹੀ ਚੱਲਦੀ ਹੈ ਜੇਕਰ ਮਦਰਬੋਰਡ ਖਰਾਬ ਹੋ ਜਾਂਦਾ ਹੈ ਚਾਹੇ ਉਹ ਲੈਪਟਾਪ ਹੈ ਚਾਹੇ ਪੀਸੀ ਹੈ ਤੇ ਚਾਹੇ ਫਿਰ ਉਹ ਸਾਡਾ ਫੋਨ ਹੈ ਉਸ ਤੋਂ ਬਾਅਦ ਉਹ ਖਰਾਬ ਹੋ ਜਾਵੇਗਾ ਠੀਕ ਹੈ ਸੋ ਇਹ ਸਾਰਾ ਕੁਝ ਇਹਦੇ ਵਿੱਚ ਹੀ ਹੁੰਦਾ ਹੈ ਮਦਰਬੋਰਡ ਨੂੰ ਜਿਹੜਾ ਹੈ ਮੁੱਖ ਤੌਰ ਦੇ ਉੱਪਰ ਪੀਸੀਬੀ ਕਹਿ ਦਿੰਦੇ ਆ ਭਾਵ ਪ੍ਰਿੰਟਡ ਸਰਕਟ ਬੋਰਡ ਇਸ ਨੂੰ ਕਹਿ ਦਿੰਦੇ ਹੈ ਗਿਆ ਇਹਦੇ ਵਿੱਚ ਇਲੈਕਟ੍ਰੀਕਲ ਪਾਥਵੇਜ਼ ਹੁੰਦੇ ਆ ਜਿਹਦੇ ਨਾਲ ਸਾਰਾ ਜਿਹੜਾ ਡਾਟਾ ਹੈ ਉਸ ਨੂੰ ਰਿਕਾਰਡ ਕਰਕੇ ਰੱਖਿਆ ਜਾਂਦਾ ਉਹ ਰਿਕਾਰਡ ਕੀਤਾ ਹੋਇਆ ਡਾਟਾ ਕਿੱਥੇ ਕਿਵੇਂ ਸੇਵ ਕਰਨਾ ਹੈ ਕਿ ਕਿਹੜੇ ਤਰੀਕੇ ਨਾਲ ਜਾਣਾ ਹੈ ਉਹ ਸਾਰਾ ਇਸੇ ਪੀਸੀਬੀ ਦੇ ਨਾਲ ਹੀ ਕੰਟਰੋਲ ਕੀਤਾ ਜਾਂਦਾ ਮੀਨਸ ਉਹਨੂੰ ਟ੍ਰਾਂਸਫਰ ਕਰਨ ਦਾ ਕੰਮ ਹੈ ਨਾ ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਲੈ ਕੇ ਜਾਣ ਦਾ ਕੰਮ ਇਹ ਮਦਰ ਬੋਰਡ ਦੇ ਵਿੱਚ ਜੋ ਪੀਸੀਬੀ ਹੁੰਦਾ ਹੈ ਉਹੀ ਕਰਦਾ ਹੈਗਾ ਕੰਮ ਸੀਪੀਯੂ ਸ਼ਡੂਲਰ ਨੂੰ ਡੈਸ਼ ਵਜੋਂ ਵੀ ਜਾਣਿਆ ਜਾਂਦਾ ਹੈ ਜੌਬ ਸ਼ਡੂਲਰ ਰਿਸੋਰਸ ਸ਼ਡੂਲਰ ਸ਼ਾਰਟ ਟਰਮ ਰਿਸੋਰਸ ਸ਼ਡੂਲਰ ਜਾਂ ਪ੍ਰੋਸੈਸ ਸ਼ੈਡਿਊਲਰ ਸੋ ਇਸ ਨੂੰ ਸ਼ਾਰਟ ਟਰਮ ਸ਼ੈਡਿਊਲਰ ਵੀ ਕਿਹਾ ਜਾਂਦਾ ਹੈ ਸੀਪੀਯੂ ਸ਼ੈਡਿਊਲਰ ਨੂੰ ਓਕੇ ਸ਼ਾਰਟ ਟਰਮ ਸ਼ਾਰਟ ਟਰਮ ਕੀ ਹੈ ਕਿ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਸਿਸਟਮ ਹੈ ਜਿਹਦੇ ਨਾਲ ਮਤਲਬ ਹਨ ਕੁਝ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਂਦਾ ਹੈ ਰਿਕਾਰਡ ਰੱਖਿਆ ਜਾਂਦਾ ਹੈ ਉਹਨੂੰ ਵਰਤਿਆ ਜਾਂਦਾ ਹੈ ਉਹ ਸਾਰਾ ਕੁਝ ਇਸ ਦੇ ਵਿੱਚ ਆਉਂਦਾ ਹੈ ਸੀਪੀਯੂ ਕੀ ਹੈ ਇੱਕ ਕੰਪਿਊਟਰ ਦਾ ਦਿਮਾਗ ਹੈ ਹਰ ਤਰ੍ਹਾਂ ਦੀ ਡਾਟਾ ਪ੍ਰੋਸੈਸਿੰਗ ਕਰਦਾ ਹੈ ਜੋ ਕਿ CPU ਦੇ ਵਿੱਚ ਹੁੰਦੀ ਹੈ ਕੁਝ ਵੀ ਹੈ ਚਾਹੇ ਕੋਈ ਵੀ ਫਾਈਲ ਹੈ ਠੀਕ ਹੈ ਇਹ ਡਾਟਾ ਇੰਟਰਮੀਡੀਏਟ ਨਤੀਜਾ ਹੁੰਦਾ ਹੈ ਤੇ ਸਦਰਪ ਬਸਟੋਰ ਹੁੰਦਾ ਹੈ ਮਤਲਬ ਕਿ ਸਟੋਰ ਰਹਿੰਦਾ ਹੈ ਕਿਸੇ ਨਾ ਕਿਸੇ ਇਹ ਕੰਪਿਊਟਰ ਦੇ ਸਾਰੇ ਹਿੱਸਿਆਂ ਦੇ ਵਿੱਚ ਜਦੋਂ ਸੰਚਾਲਨ ਸਾਰੇ ਹਿੱਸਿਆਂ ਨੂੰ ਸੰਚਾਲਨ ਨੂੰ ਨਿਯੰਤਰਣ ਕਰਦਾ ਹੈ ਭਾਵ ਕੰਟਰੋਲ ਕਰਦਾ ਹੈ ਤਾਂ ਇਸੇ ਨੂੰ ਹੀ CPU ਦਾ ਸ਼ਡਿਊਲਰ ਕਹਿੰਦੇ ਨੇ ਭਾਵ ਸ਼ਾਰਟ ਟਰਮ ਸ਼ਡਿਊਲਰ ਜਿਹੜਾ ਇਸ ਨੂੰ ਕਹਿ ਦਿੱਤਾ ਜਾਂਦਾ ਮਤਲਬ ਕਿ ਹਰ ਇੱਕ ਚੀਜ਼ ਨੂੰ ਕੰਟਰੋਲ ਕਰਨਾ ਠੀਕ ਹੈ ਜੋ ਵੀ ਹੈ ਚਾਹੇ ਕੋਈ ਡਾਟਾ ਪ੍ਰਿੰਟ ਪ੍ਰਿੰਟ ਕਰਨਾ ਹੈ ਪ੍ਰੇਜ਼ੈਂਟ ਕਰਨਾ ਹੈ ਸ਼ੋਅ ਕਰਨਾ ਹੈ ਐਡ ਕਰਨਾ ਹੈ ਇਹ ਕੀ ਹੈ ਸਾਰਾ ਸ਼ਾਰਟ ਟਰਮ ਦੇ ਵਿੱਚ ਕੰਮ ਕਰਦਾ ਹੈ ਕਕ ਇਸੇ ਨੂੰ ਆਪਾਂ ਕਹਿ ਦਿੰਦੇ ਹਾਂ ਸੀਪੀਯੂ ਸ਼ਡੂਲਰ ਜੋ ਵੀ ਆਪਸ ਦੇ ਵਿੱਚ ਸੇਵ ਕੀਤਾ ਹੋਇਆ ਹੈ 10 ਨੰਬਰ ਹੈ ਕੰਪਿਊਟਰ ਦੀ ਮੈਮਰੀ ਅੰਕਗਣਿਤਿਕ ਤਰਕ ਇਕਾਈ ਇਨਪੁਟ ਆਉਟਪੁਟ ਡਿਵਾਈਸਾਂ ਨੂੰ ਦੱਸਦਾ ਹੈ ਕਿ ਪ੍ਰੋਗਰਾਮ ਦੀਆਂ ਹਦਾਇਤਾਂ ਦਾ ਜਵਾਬ ਕਿਵੇਂ ਦੇਣਾ ਹੈ ਕੌਣ ਦੱਸੇਗਾ ਸਟੋਰੇਜ ਯੂਨਿਟ ਇਨਪੁਟ ਡਿਵਾਈਸ ਕੰਟਰੋਲ ਯੂਨਿਟ ਜਨ ਲੌਜੀਕ ਯੂਨਿਟ ਸੋ ਇਹਦੇ ਵਿੱਚ ਆਪਣੇ ਕੋਲੇ ਆਵੇਗੀ ਕੰਟਰੋਲ ਯੂਨਿਟ ਕਿਉਂਕਿ ਸਾਰਾ ਕੁਝ ਕੰਟਰੋਲ ਯੂਨਿਟ ਦੇ ਵਿੱਚ ਹੀ ਮੌਜੂਦ ਹੈਗਾਗਾ ਵੀ ਕਿਵੇਂ ਮੈਥ ਦੇ ਅਕੋਰਡਿੰਗ ਕਿਵੇਂ ਰੀਜਨਿੰਗ ਦੇ ਅਕੋਰਡਿੰਗ ਜਿਹੜੀ ਚੀਜ਼ ਜਾਣੀ ਚਾਹੀਦੀ ਹੈ ਕਿਵੇਂ ਇਨਪੁਟ ਹੋਣਾ ਚਾਹੀਦਾ ਹੈ ਕਿਵੇਂ ਆਉਟਪੁਟ ਹੋਣੀ ਚਾਹੀਦੀ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰੇਗਾ ਕੰਟਰੋਲ ਯੂਨਿਟ ਨਾਮ ਹੀ ਉਹਦਾ ਕੰਟਰੋਲ ਹੈ ਤਾਂ ਸੁਭਾਅਕੀ ਜੀ ਗੱਲ ਹੈ ਕਿ ਉਹੀ ਕੰਟਰੋਲ ਕਰੇਗਾ ਉਹਦੇ ਕੋਲੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੱਖਿਆ ਜਾਵੇਗਾ ਓਕੇ ਤਾਂ ਕੰਟਰੋਲ ਯੂਨਿਟ ਜਿਹੜੀ ਉਹ ਕੰਪਿਊਟਰ ਦੇ ਵਿੱਚ ਹਰ ਤਰ੍ਹਾਂ ਦੇ ਹਰ ਪ੍ਰਕਾਰ ਦੇ ਡਾਟ ਜਿਹੜਾ ਹੈ ਕੰਟਰੋਲ ਕਰਦੀ ਹੈ ਚਾਹੇ ਉਹ ਇਨਪੁਟ ਹੋਵੇ ਚਾਹੇ ਆਉਟਪੁਟ ਹੋਣ ਇਹਨਾਂ ਫੰਕਸ਼ਨਾਂ ਨੂੰ ਵੀ ਉਹੀ ਕੰਟਰੋਲ ਕਰਦੀ ਹੈ ਕੰਪਿਊਟਰ ਦੀ ਮੈਮਰੀ ਅੰਕ ਗਣਿਤਿਕ ਤੇ ਤਰਕ ਇਕਾਈ ਇਨਪੁਟ ਤੇ ਆਉਟ ਡਿਵਾਸਾਂ ਨੂੰ ਦੱਸਣ ਦਾ ਜਿਹੜਾ ਕੰਮ ਕਰਦੀ ਹੈ ਉਹ ਵੀ ਜਿਹੜਾ ਹੈ ਇਹੀ ਕਰਦੀ ਹੈ ਕੰਟਰੋਲ ਯੂਨਿਟ ਇਹੀ ਕਰਦੀ ਹੈ 11 ਨੰਬਰ ਹੈ ALU ਕੰਪਿਊਟਰ ਦਾ ਇੱਕ ਹਿੱਸਾ ਹੈ ਐਪਲੀਕੇਸ਼ਨ ਹੈ ਇਹ ROM ਹੈ RAM ਹੈ ਜਾਂ ਪ੍ਰੋਸੈਸਰ ਹੈ ਅਰਥਮੈਟਿਕਲ ਲੌਜੀਕਲ ਯੂਨਿਟ ਇਹ ਹਿੱਸਾ ਹੈ ਪ੍ਰੋਸੈਸਰ ਦਾ ALU ਜਿਹਦੇ ਨਾਲ ਸਾਰੀਆਂ ਚੀਜ਼ਾਂ ਸਮੂਥਲੇ ਚੱਲਦੀਆਂ ਨੇ ਚਾਹੇ ਉਹ ਮੋਬਾਈਲ ਹੋਵੇ ਚਾਹੇ ਉਹ CPU ਹੋਵੇ ਠੀਕ ਹੈ ਤਾਂ ਉਹਦੇ ਵਿੱਚ ਪ੍ਰੋਸੈਸਰ ਦੇ ਤੌਰ ਦੇ ਉੱਪਰ ਕੰਮ ਕਰਦੀ ਆ ALU ALU CPU ਦਾ ਇੱਕ ਹਿੱਸਾ ਹੁੰਦੀ ਹੈ ਐਜ਼ ਅ ਪ੍ਰੋਸੈਸਰ ਦੇ ਰੂਪ ਦੇ ਵਿੱਚ ਇਹ ਕੰਮ ਕਰਦੀ ਹੈਗੀ ਹੈ ਕਿ ਹਰ ਇੱਕ ਤਰ੍ਹਾਂ ਦੇ ਡਾਟੇ ਨੂੰ ਸਹੀ ਤਰੀਕੇ ਨਾਲ ਚਲਾਉਣਾ ਫਾਸਟ ਚਲਾਉਣਾ ਸਲੋ ਚਲਾਉਣਾ ਇਹ ਇਹਦੇ ਕੋਲੇ ਆ ਜਾਂਦਾ ਹੈ ਬਰਾ ਨੰਬਰ ਹੈ ਕੰਪਿਊਟਰ ਦੇ ਵਿੱਚ ਸਾਰੇ ਅਰਥਮੈਟਿਕ ਤੇ ਲੌਜੀਕਲ ਆਪਰੇਟਰ ਡੈਸ਼ ਦੇ ਦੁਆਰਾ ਕੀਤੇ ਜਾਂਦੇ ਆ ਏ ਐਲ ਯੂ ਦੇ ਦੁਆਰਾ ਸੀ ਯੂ ਦੇ ਦੁਆਰਾ ਰਜਿਸਟਰ ਦੇ ਦੁਆਰਾ ਨੋਨ ਆਪਸ਼ਨ ਇਜ਼ ਕਰੈਕਟ ਕੋਈ ਵੀ ਕਹਿੰਦੇ ਸਹੀ ਨਹੀਂ ਹੈ ਤਾਂ ਇਹਨਾਂ ਦੇ ਵਿੱਚੋਂ ਕੰਪਿਊਟਰ ਦੇ ਵਿੱਚ ਜਿੰਨੇ ਵੀ ਅਰਥਮੈਟਿਕ ਤੇ ਲੌਜੀਕਲ ਆਪਰੇਸ਼ਨ ਹੁੰਦੀ ਆ ਉਹ ਕੰਟਰੋਲ ਕੀਤੇ ਜਾਂਦੇ ਆ ਏ ਐਲ ਯੂ ਉਹਦੇ ਨਾਮ ਦੇ ਵਿੱਚ ਲਿਖਿਆ ਹੋਇਆ ਜੀ ਅਰਥਮੈਟਿਕ ਏ ਐਂਡ ਐਲ ਤੇ ਲੌਜੀਕਲ ਐਂਡ ਯੂਟੇ ਯੂਨਿਟ ਤਾਂ ਉਹਦਾ ਮਤਲਬ ਸਿੱਧਾ ਜ ਹੈ ਸੌਖਾ ਜ ਆंसर ਹੈ ਇਸ ਦਾ ਓਕੇ 13 ਨੰਬਰ ਜੀ ਹੇਠਾਂ ਦਿੱਤੇ ਵਿੱਚੋਂ ਕਿਸ ਨੂੰ ਕੰਪਿਊਟਰ ਦਾ ਦਿਮਾਗ ਆ ਜਾਂਦਾ ਹੈ ਸੀਪੀਯੂ ਏ ਐਲ ਯੂ ਮਦਰਬੋਰਡ ਜਾਂ ਕੀਬੋਰਡ ਸੋ ਹੁਣ ਇਹਦਾ ਜਵਾਬ ਕਿੱਟ ਆਪਾਂ ਸੀਪੀਯੂ ਨੂੰ ਕੰਪਿਊਟਰ ਦਾ ਦਿਮਾਗ ਕਿਹਾ ਜਾਂਦਾ ਕਿਉਂਕਿ ਹਰ ਤਰ੍ਹਾਂ ਦੀ ਜਾਣਕਾਰੀ ਹਰ ਤਰ੍ਹਾਂ ਦਾ ਕੰਟਰੋਲ ਇਸ ਸੀਪੀਯੂ ਕੋਲ ਹੁੰਦਾ ਹੈ ਕਾਕਰ ਅੱਗੇ ਆਪਣੇ ਕੋਲੇ ਕੁਐਸਚਨ ਨੰਬਰ 14 ਦਸੰਬਰ 2020 ਤੱਕ ਹੇਠਾਂ ਦਿੱਤਿਆਂ ਦੇ ਵਿੱਚੋਂ ਕਿਹੜਾ ਭਾਰ ਦਾ ਸਭ ਤੋਂ ਤੇਜ਼ ਸੁਪਰ ਕੰਪਿਊਟਰ ਹੈ ਸਿਗਾ 220 ਮੀਰ ਕਰੇਜੀ ਐਕਸ ਸੀ 40 ਪ੍ਰਤਿਯੂਸ਼ ਕਰੇਈ ਕੈਰੀ ਐਕਸ ਸੀ 40 ਜਾਂ ਪਰਮ ਸਿਧੀ ਏ ਆਈ ਦਸੰਬਰ 2020 ਦੇ ਵਿੱਚ ਭਾਰਤ ਦਾ ਸਭ ਤੋਂ ਤੇਜ਼ ਕੰਪਿਊਟਰ ਜਾਂ ਸੁਪਰ ਫਾਸਟ ਕੰਪਿਊਟਰ ਜਿਹੜਾ ਹੈ ਉਹ ਹੈ ਜਿਨ੍ਹਾਂ ਦੇ ਵਿੱਚੋਂ ਪਰਮ ਸਿਧੀ ਏ ਆਈ 2020 ਦੇ ਵਿੱਚ ਇਸ ਨੂੰ ਜਿਹੜਾ ਹੈ ਨਾ ਮਤਲਬ ਬਣਾਉਣ ਦੀ ਕੋਸ਼ਿਸ਼ ਕੀਤੀ ਗਿਆ ਤੇ ਸਭ ਤੋਂ ਫਾਸਟ ਇਸ ਦਾ 2020 ਦੇ ਅਕੋਰਡਿੰਗ ਭਾਰਤ ਦਾ ਅੱਗੇ ਆ पंद्रह नंबर ट्रांजिस्टर कंप्यूटर का दूजा नाम है फोर्थ जनरेशन कंप्यूटर फर्स्ट जनरेशन कंप्यूटर सैकेंड जनरेशन कंप्यूटर थर्ड जनरेशन ਕੰਪਿਊਟਰ ਹੈ ਸੈਕੰਡ ਜਨਰੇਸ਼ਨ ਦਾ ਜਿਹੜਾ ਕੰਪਿਊਟਰ ਹੈ ਉਸ ਨੂੰ 트랜ਜ਼ਿਸਟਰ ਕੰਪਿਊਟਰ ਕਹਿੰਦੇ ਕਿਉਂਕਿ ਉਹਦੇ ਵਿੱਚ 트랜ਜ਼ਿਸਟਰ ਜਿਹੜਾ ਉਹ ਵਰਤਿਆ ਜਾਂਦਾ ਸੀਗਾ ਇਸ ਕਰਕੇ ਇਸ ਨੂੰ 트랜ਜ਼ਿਸਟਰ ਕੰਪਿਊਟਰ ਕਹਿੰਦੇ ਆ ਸੈਕੰਡ ਜਨਰੇਸ਼ਨ ਜਿਹਸ ਨੂੰ ਨਾਮ ਦਿੱਤਾ ਜਾਂਦਾ ਹੈ ਠੀਕ ਹੈ ਦੂਜੀ ਪੀੜ੍ਹੀ ਦੇ ਵਿੱਚ ਸੋ ਇੱਥੇ ਜਿਹੜਾ ਹੈ ਕੰਪਿਊਟਰ ਜੋ ਕਿ ਵੈਕਿਊਮ ਟਿਊਬਾਂ ਦੀ ਬਜਾਏ ਸੀਗਾ ਉਹਦੀ ਜਗ੍ਹਾ ਦੇ ਉੱਪਰ 트랜ਜ਼ਿਸਟਰਾਂ ਦੇ ਆਧਾਰ ਦੇ ਉੱਪਰ ਚੱਲਦਾ ਹੁੰਦਾ ਸੀ ਵੈਕਿਊਮ ਟਿਊਬਾਂ ਜਿਹੜੇ ਦੇ ਵਿੱਚ ਨਹੀਂ ਹੁੰਦੀਆਂ ਸੀਗੀਆਂ 트랜ਜ਼ਿਸਟਰ ਸੀ ਇਸੇ ਕਰਕੇ ਇਸ ਨੂੰ 트랜ਜ਼ਿਸਟਰ ਕੰਪਿਊਟਰ ਕਹਿ ਦਿੱਤਾ ਜਾਂਦਾ ਸੀ ਦੂਜੀ ਪੀੜ ਦੇ ਕੰਪਿਊਟਰ 15 1955 ਤੋਂ ਲੈ ਕੇ 1964 ਦੇ ਵਿੱਚ ਚੱਲਦੇ ਸੀਗੇ ਕਿੰਨੇਗੇ ਇਹ ਕਿਸ ਤਰ੍ਹਾਂ ਦੇ ਸੀਗੇ ਲਾਰਜ ਸਕੇਲ ਇੰਟੀਗ੍ਰੇਟਿਡ ਸਰਕਟ ਚਿਪ ਵਾਲੇ ਸੀਗੇ ਵੈਕਿਊਮ ਟਿਊਬ ਵਾਲੇ ਸੀਗੇ ਟਰਾਂਜਿਸਟਰ ਸੀਗੇ ਸਮੈਸਕਲ ਇੰਟੀਗ੍ਰੇਟਿਡ ਸਰਕਟ ਸ਼ਿਪ ਸੀਗੀਆਂ ਹੁਣੇ ਆਪਾਂ ਗੱਲ ਕੀਤੀ ਆ ਟਰਾਂਜਿਸਟਰ ਸੀਗੇ ਕਿਉਂਕਿ ਇਹਨਾਂ ਦੇ ਵਿੱਚ ਟਰਾਂਜਿਸਟਰ ਜਿਹੜੇ ਹੈ ਉਹ ਲੱਗੇ ਹੁੰਦੇ ਸੀਗੇ ਉਹਦੇ ਆਧਾਰ ਦੇ ਉੱਪਰ ਆਪਾਂ ਉਸ ਨੂੰ ਇਹ ਨਾਮ ਦਿੱਤਾ ਹੋਇਆ ਸੀ 1555 ਤੋਂ 1564 ਦੇ ਦਰਮਿਆਨ ਇਹ ਚੱਲੇ ਸੀਗੇ 17 ਨੰਬਰ ਹੇਠਾਂ ਦਿੱਤੇਆਂ ਦੇ ਵਿੱਚੋਂ ਕਿਹੜਾ ਸੁਪਰ ਕੰਪਿਊਟਰ ਭਾਰਤ ਦੁਆਰਾ ਵਿਕਸਿਤ ਕੀਤਾ ਗਿਆ ਹੈ ਵੈਂਗੂਇਜ਼ ਆਨਸੇਫੇਸ ਅਤੇ ਫੇਪ ਸੋਰੀ ਪਿਕਸਰ ਐਂਡ ਪਰਮਯੁਵਾ ਸੋ ਇਹਨਾਂ ਦੇ ਵਿੱਚੋਂ ਕੰਪਿਊਟਰ ਸੁਪਰ ਕੰਪਿਊਟਰ ਹੈ ਪਰ ਭਾਰਤ ਦੇ ਦੁਆਰਾ ਵਿਕਸਿਤ ਕੀਤਾ ਗਿਆ ਹੈ ਪਰਮਯੁਵਾ 2 ਪਰਮਯੁਵਾ 2 ਕੰਪਿਊਟਰ ਜਿਹੜਾ ਹੈ ਭਾਰਤ ਦੇ ਦੁਆਰਾ ਤਿਆਰ ਕੀਤਾ ਗਿਆ ਹੈ ਇਹ ਇੱਕ ਸੁਪਰ ਕੰਪਿਊਟਰ ਹੈ ਭਾਰ ਦਾ ਸੁਪਰਪਰ ਕੰਪਿਊਟਰ ਪ੍ਰੋਗਰਾਮ ਸਾਲ 1980 ਦੇ ਵਿੱਚ ਚੱਲਦਾ ਹੈਗਾਗਾ ਅਖਰ ਦੇ ਵਿੱਚ ਤੇ ਪਰਮ 8000 ਜਿਸ ਨੂੰ ਕਿ ਭਾਰ ਦਾ ਪਹਿਲਾ ਸੁਪਰ ਕੰਪਿਊਟਰ ਕਿਹਾ ਗਿਆ ਹੈ ਇਹ ਸਭ ਤੋਂ ਪਹਿਲਾ ਹੁੰਦਾ ਹੈਗਾਗਾ 1991 ਦੇ ਵਿੱਚ ਸਵਦੇਸ਼ੀ ਤੌਰ ਦੇ ਪਰਭਾ ਭਾਰਤ ਨੇ ਆਪਣੇ ਹੀ ਸਾਰੇ ਮਟੀਰੀਅਲ ਤੁਸੀਂ ਨੂੰ ਬਣਾਇਆ ਸੀਗਾ ਤੇ ਪਰਮ ਜਵਾ 2 ਜਿਹੜਾ ਹੈ ਇੱਕ ਸੁਪਰ ਕੰਪਿਊਟਰ ਹੈ ਜੋ ਭਾਰ ਦੇ ਦੁਆਰਾ ਵਿਕਸਿਤ ਕੀਤਾ ਗਿਆ ਸੀਗਾ ਓਕੇ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸ ਕੰਪਿਊਟਿੰਗ ਵਾਰਾ ਇਸ ਨੂੰ ਬਣਾਇਆ ਗਿਆ ਸੀ ਪਰਮ ਹੈ ਬਟ ਪਰਮ 8000 ਜਿਹੜਾ ਉਹ ਪਹਿਲਾ ਹੈ ਪਰਮ ਯੂਵਾ ਸੈਕਿੰਡ ਜਿਹੜਾ ਉਹ ਵਰਤਮਾਨ ਸਮੇਂ ਚੱਲ ਰਿਹਾ ਹੈ ਸੁਪਰ ਫਾਸਟ ਪਹਿਲੇ ਕੰਪਿਊਟਰ ਮਾ우스 ਦੀ ਕਾਰਡ ਕਿਸ ਨੇ ਕੱਢੀ ਚਾਰਲਸ ਬੈਬਸ ਨੇ ਇੰਤ ਕੰਪਿਊਟਰ ਬਣਾਇਆ ਸੀਗਾ ਡਗਲਸ ਐਗਲਬਰਟ ਟੇਡ ਨੈਲਸਨ ਐਲਨ ਕੇ ਸੋ ਬੀ ਆਮ ਸਨ ਸਹੀ ਰਹੂਗਾ ਜੀ ਡਗਲਸ ਐਗਲਬਰਟ ਜਿਹੜਾ ਹੈ ਇਸ ਨੇ ਕੰਪਿਊਟਰ ਦੇ ਪਹਿਲੇ ਮਾ우스 ਦੀ ਜਿਹੜੀ ਆ ਉਹ ਕਾਰਡ ਕੱਢੀ ਸੀ ਚਾਰਲਸ ਬੈਬਸ ਹੈ ਜਿਹੜਾ ਕਿ ਕੰਪਿਊਟਰ ਦਾ ਫਾਊਂਡਰ ਆ ਜਾਂਦਾ ਹੈ ओके सो ਇਹਦੇ ਦੁਬਾਰਾ ਇਸ ਨੂੰ ਬਣਾਇਆ ਗਿਆ ਸੀ ਜਿਹੜਾ ਮਾ우스 ਆ ਇਹ ਇੱਕ ਇੰਪੋਰਟਡ ਡਿਵਾਈਸ ਹੈ ਸ਼ੁਰੂਆਤ ਦੇ ਵਿੱਚ ਇਹ ਤਾਰਾਂ ਦੇ ਨਾਲ ਕੰਟਰੋਲ ਕੀਤਾ ਜਾਂਦਾ ਸੀ ਅੱਜ ਕੱਲ ਦਾ ਜਿਹੜਾ ਵਾਇਰਲੈਸ ਹੋ ਚੁੱਕਿਆ ਹੈ ਲਗਭਗ ਸਾਰੇ ਤੁਸੀਂ ਇਸ ਤੋਂ ਜਾਣੂ ਹੋਗੇ ਇਹ ਪਹਿਲਾ ਮਾ우스 ਜਿਹੜਾ ਸੀ ਇਹ ਪ੍ਰੋਟੋਟਾਈਪ ਸੀਗਾ ਜੋ ਸਾਲ 1964 ਦੇ ਵਿੱਚ ਬਣਾਇਆ ਗਿਆ ਸੀਗਾ ਡਗਲਸ ਐਗਲਬਰਟ ਨੇ ਇਸ ਨੂੰ ਸਭ ਤੋਂ ਪਹਿਲਾਂ ਬਣਾਇਆ ਸੀਗਾ ਉਨੀ ਨੰਬਰ ਹੈ ਇੱਕ ਹੀ ਕ੍ਰਿਤਿਕ ਸਰਕਟ ਜਿਹਨੂੰ ਆਈਸੀ ਕਹ ਦਿੰਦੇ ਆ ਸਭ ਤੋਂ ਮਹੱਤਵਪੂਰਨ ਫਾਇਦਾ ਇਹਦਾ ਕੀ ਹੈ ਸਰਕਟ ਫੇਲ ਹੋਣ ਦੀ ਸਥਿਤੀ ਦੇ ਵਿੱਚ ਆਸਾਨ ਹੈ ਇਸ ਨੂੰ ਬਦਲਣਾ ਬਹੁਤ ਜ਼ਿਆਦਾ ਭਰੋਸੇਯੋਗ ਹੈ ਲਾਗਤ ਦੀ ਘਟ ਹੈ ਜਾਂ ਘਟ ਬਿਜਲੀ ਦੀ ਖਪਤ ਹੈ ਸੋ ਜਿਹੜਾ ਆਈਸੀ ਹੈ ਜਿਹਨੂੰ ਇੰਟੀਗ੍ਰੇਟਡ ਸਰਕਟ ਕਹ ਦਿੰਦੇ ਆ ਆਪਾਂ ਇਹ ਇੱਕ ਬਹੁਤ ਹੀ ਭਰੋਸੇਯੋਗ ਚੀਜ਼ ਹੈ ਜਿਸ ਦੇ ਉੱਪਰ ਭਰੋਸਾ ਕਰਕੇ ਆਪਾਂ ਇਸ ਨੂੰ ਸਟੈਬਲਿਸ਼ ਕਰਦੇ ਹਾਂ ਕਿੰਾਂਗੇ ICD ਫੋਲਫਾਰਮ ਇੰਟੀਗਰੇਟਰ ਸਰਕਟਸ ਇਹ ਵੀ ਤੁਸੀਂ ਸਾਰੇ ਜਾਣਦੇ ਹੋਗੇ ਹੋਗੇ ਇੱਕ ਤਰ੍ਹਾਂ ਦੀ ਕਹਿ ਸਕਦੇ ਆ ਚਿਪ ਜੀ ਹੁੰਦੀ ਹੈਗੀ ਆ ਜੋ ਹਰ ਫੋਨ ਹਰ ਲੈਪਟਾਪ ਹਰ ਤਰ੍ਹਾਂ ਦੇ ਇਲੈਕਟ੍ਰੋਨਿਕ ਡਿਵਾਈਸ ਦੇ ਵਿੱਚ ਲੱਗੀ ਹੁੰਦੀ ਹੈ ਕਿ ਆ ਕੋਈ ਵੀ ਆ ਚਾਹੀਓ ਠੀਕ ਹੈ ਤਾਂ ਇੱਕ ਤਰ੍ਹਾਂ ਦੀ ਐਕਟਿਵ ਤੇ ਪੈਸਿਵ ਦੋਨੋਂ ਤਰ੍ਹਾਂ ਦੇ ਕੰਪੋਨੈਂਟਾਂ ਦੇ ਵਿੱਚ ਵਰਤੀ ਜਾਂਦੀ ਹੈ ਬਣੀ ਕਾਸ ਦੀ ਹੁੰਦੀ ਹੈ ਸਿਲੀਕਾਨ ਦੀ ਬਣੀ ਹੁੰਦੀ ਹੈ ਕ੍ਰਿਸਟਲ ਚਿਪ ਹੁੰਦੀ ਹੈ ਸਿਲੀਕਾਨ ਦੇ ਲਈ ਆਪਣੇ ਕੋਲੇ 2 ਪੁਆਇੰਟ ਆ ਜਾਂਦੇ ਆ ਜੀ ਕੇ ਦੇ ਵਿੱਚ ਕਿ ਇੱਕ ਸਿਲੀਕਾਨ ਵੈਲੀ ਜਿੱਥੇ ਸਭ ਤੋਂ ਵੱਧ ਨਿਕਲਦੀ ਹੈ ਇਹ ਸਿਲੀਕਨ ਵੈਲੀ ਕਿੱਥੇ ਆ ਜਾਂਦੀ ਹੈ ਇਹ ਕੈਲੀਫੋਰਨੀਆ ਦੇ ਵਿੱਚ ਹੈ ਯੂ ਐਸ ਦੇ ਵਿੱਚ ਇੱਥੋਂ ਕੱਢੀ ਜਾਂਦੀ ਹੈ ਜੀ ਸਿਲੀਕਨ ਠੀਕ ਹੈ ਇੱਕ ਆਪਣੇ ਭਾਰ ਦੇ ਵਿੱਚ ਆਂਦਾ ਹੈ ਭਾਰ ਦੇ ਵਿੱਚ ਸਿਲੀਕਨ ਸਿਟੀ ਕਿੱਥੇ ਹੈਗੀ ਹੈਗੀ ਕਿਉਂਕਿ ਇਸ ਖੇਤਰ ਦੇ ਵਿੱਚ ਜਿਹੜਾ ਹੈ ਸਿਲੀਕਨ ਤੋਂ ਹੀ ਚੀਜ਼ਾਂ ਬਣਾਈਆਂ ਜਾਂਦੀਆਂ ਨੇਗੀਆਂ ਸਿਲੀਕਨ ਆਫ ਇੰਡੀਆ ਸਿਟੀ ਆਫ ਇੰਡੀਆ ਸੌਰੀ ਸੋ ਇਹ ਆ ਜਾਂਦੀ ਜੀ ਬੰਗਲੌਰ ਸੋ ਬੰਗਲੌਰ ਨੂੰ ਪਸਲੀ ਕੌਨ ਸਿਟੀ ਆਫ ਇੰਡੀਆ ਕਹਿ ਦਿੰਨੇ ਹ ਕਿਉਂਕਿ ਇਸ ਖੇਤਰ ਦੇ ਵਿੱਚ ਇਹ ਸਿਲੀਕਨ ਤੋਂ ਇਹ ਚੀਜ਼ਾਂ ਨੂੰ ਬਣਾਇਆ ਜਾਂਦਾ ਹੈ ਇਸੇ ਕਰਕੇ ਨੂੰ ਇਲੈਕਟ੍ਰੋਨਿਕ ਸਿਟੀ ਵੀ ਕਹਿ ਦਿੰਦੇ ਹੈਗੇ ਭਾਰਤੀ ਓਕੇ ਸੋ ਆਈਸੀ ਜਿਹੜਾ ਹੈ ਇਹ ਕੰਪੋਨੈਂਟ ਹੁੰਦੇ ਆ ਬਹੁਤ ਸਾਰੇ ਜੀ ਦੇ ਵਿੱਚ ਜਿਹਨੂੰ ਸੋਲਡਰਿੰਗ ਜੋੜ ਨਹੀਂ ਦਿੱਤੇ ਹੁੰਦੇ ਇਸਦੇ ਲਈ ਇਹ ਕਾਫੀ ਜ਼ਿਆਦਾ ਪ੍ਰੋਸੈਸ ਜੋਗ ਹੁੰਦੀ ਹੈ ਇਹਦੀ ਖੋਜ ਜਿਹੜੀ ਹੈ ਉਹ ਜੇਸੀ ਕਲੇਬੀ ਨੇ ਕੀਤੀ ਸੀਗੀ ਜੇ ਐਸ ਕਲੇਬੀ ਸੌਰੀ ਜੇ ਐਸ ਕਲੇਬੀ ਨੇ ਜਿਹੜਾ ਹੈ ਆਈਸੀ ਦੀ ਜਿਹੜੀ ਆ ਉਹ ਖੋਜ ਕੀਤੀ ਸੀ ਜੀ ਅਗੇ ਲਾਸਟ ਕੁਐਸਚਨ ਆਪਣਾ ਭਾਰਤ ਦਾ ਪਹਿਲਾ ਪੋਸਟ ਆਫਿਸ ਏਟੀਐਮ ਕਿਸ ਸ਼ਹਿਰ ਦੇ ਵਿੱਚ ਖੋਲਿਆ ਗਿਆ ਸੀ ਚੇਨਈ ਦੇ ਵਿੱਚ ਨਵੀਂ ਦਿੱਲੀ ਚ ਹਾਈਦਰਾਬਾਦ ਚ ਜਾਂ ਮੁੰਬਈ ਚ ਭਾਰਤ ਦਾ ਪਹਿਲਾ ਪੋਸਟ ਆਫਿਸ ਏਟੀਐਮ ਚੇਨਈ ਦੇ ਵਿੱਚ ਖੋਲਿਆ ਗਿਆ ਸੀ ਸਭ ਤੋਂ ਪਹਿਲਾ ਏਟੀਐਮ ਸੀਗਾ ਜੋ ਪੋਸਟ ਆਫਿਸ ਦੇ ਵਿੱਚ ਆਉਂਦਾ ਹੈਗਾ ਸਾਲ 25 ਜਨਵਰੀ 2024 ਨੂੰ ਚਨਈ ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਸੀਗਾ ਤੇ ਦਸੰਬਰ 2013 ਦੇ ਵਿੱਚ 1000 ਪੋਸਟ ਆਫਸ ਏਟੀਐਮ ਦੀ ਜਿਹੜੀ ਹੈ ਤਸਵੀਰ ਸੀਗੀ ਤੇ ਜੂਨ ਦੇ ਵਿੱਚ ਇਸ ਨੂੰ ਜਿਹੜਾ ਮੁਕੰਮਲ ਕਰ ਲਿਆ ਸੀ 2014 ਦੇ ਵਿੱਚ ਠੀਕ ਹੈ ਤਾਂ ਪਹਿਲਾਂ ਸਭ ਤੋਂ ਪਹਿਲਾਂ ਚਨਈ ਚੋਂ ਦਾ ਹੈ 25 ਜਨਵਰੀ 2014 ਨੂੰ ਸੇ ਸੀਗੀ ਆਪਣੇ ਕੰਪਿਊਟਰ ਦੇ ਐਮਸੀਕਿਊ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਆਪਾਂ ਕੁਐਸਚਨ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਉਮੀਦ ਕਰਦਾ ਤੁਹਾਡੇ ਸਾਰਿਆਂ ਲਈ ਹੈਲਪਫਲ ਹੋਊਗਾ ਸਭ ਨੂੰ ਕਾਫੀ ਕੁਝਣਾ ਸਿੱਖਣ ਨੂੰ ਮਿਲੇ ਹੋ ਸੋ WhatsApp ਗਰੁੱਪ ਜੁਆਇਨ ਕਰਨ ਲਈ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਇਹਨਾਂ ਕਲਾਸਾਂ ਦੀ ਜਿਹੜੀ PDF ਐਸ ਤੁਸ ਨੂੰ ਡਾਊਨਲੋਡ ਕਰਨ ਲਈ ਤੁਸੀਂ ਰਮਨ ਇੰਸਟੀਚਿਊਟ ਦੀ ਐਪ ਹੈ ਜਿਹੜੀ ਉਹ ਡਾਊਨਲੋਡ ਕਰ ਸਕਦੇ ਹੋ ਸੋ ਮਿਲਦੇ ਨੇਕਸਟ ਸੈਸ਼ਨ ਦੇ ਵਿੱਚ ਥੈਂਕ ਯੂ so much